सेम जसर की फिल्म रिलीज हो रही है जी मस्ताने, उस दे विच दिखाया गया है नादर शाह नूं किद्दां नादर शाह दिल्ली दे विचों खजाने दे नाल नाल धीआं भैणां नूं लुट के लै जांदा हुंदा सी ते किवें सिख उस ते हमला करके उह तों खजाना भी लुट लैंदे सी ते उह जिहड़ियां धीआं भैणां हुंदियां सी उहनां नूं छड़ा भी लैंदे सी। इह फिल्म पूरी तरहां दे नाल नादर शाह दे उप्पर ते सिखां दे उप्पर उहदे टकराव नूं लै के जिहड़ी स्थिति बणदी सी उहदे उप्पर बणी आ। नादर शाह ईरान दा बादशाह होया ਅਤੇ ਇਰਾਨ ਤੋਂ ਬਾਅਦ ਉਸਨੇ ਕਾਬਲ ਕਧਾਰ ਨੂੰ ਜਿੱਤਦਾ ਹੋਇਆ ਦਿੱਲੀ ਤੱਕ ਪਹੁੰਚਿਆ ਸੀ ਅਤੇ ਉਸ ਟਾਈਮ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਉਸਨੇ ਉਸਨੂੰ ਹਰਾ ਦਿੱਤਾ ਸੀ ਕਰਨਾਲ ਦੇ ਨੇੜੇ ਤੇੜੇ। ਇਹ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਕਿੱਦਾਂ ਸਿੱਖ ਭੇਸ ਬਦਲ ਕੇ ਨਾਦਰ ਸ਼ਾਹ ਦੇ ਏਰੀਏ ਦੇ ਵਿੱਚ ਜਾਂਦੇ ਸੀ, ਉੱਥੋਂ ਸੂਹ ਲੈ ਕੇ ਆਉਂਦੇ ਸੀ ਅਤੇ ਫਿਰ ਰਾਤ ਨੂੰ ਹਮਲਾ ਕਰਕੇ ਉੱਥੋਂ ਉਸਦਾ ਖਜ਼ਾਨਾ ਨਾਦਰ ਸ਼ਾਹ ਦਾ ਲੁੱਟਦੇ ਸੀ ਅਤੇ ਧੀਆਂ ਭੈਣਾਂ ਨੂੰ ਛਡਾਉਂਦੇ ਸੀ। ਅਤੇ ਦੂਜਾ, ਇਹ ਫਿਲਮ ਨੂੰ ਪੰਜ ਭਾਸ਼ਾ ਦੇ ਵਿੱਚ ਰਿਲੀਜ਼ ਕੀਤਾ ਗਿਆ, ਪੰਜਾਬੀ, ਹਿੰਦੀ, ਤਾਮਿਲ, ਤੇਲਗੂ ਅਤੇ ਮਰਾਠੀ ਦੇ ਵਿੱਚ। ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਪੰਜਾਬੀ ਦੇ ਨਾਲ ਨਾਲ ਹੋਰ ਜਿਹੜੀ ਲੈਂਗੁਏਜ ਵਾਲੇ ਲੋਕ ਆ ਉਹ ਵੀ ਸਿੱਖਾਂ ਦੇ ਇਤਿਹਾਸ ਨੂੰ, ਸਿੱਖਾਂ ਦੇ ਕਲਚਰ ਨੂੰ ਅਤੇ ਸਿੱਖਾਂ ਦੀਆਂ ਬਹਾਦਰੀਆਂ ਨੂੰ ਜਾਣ ਪਾਉਣਗੇ। ਜਿਵੇਂ ਆਪਾਂ ਕਹੀਏ, ਬਹੁਤ ਸੱਜੇ ਢੰਗ ਦੇ ਨਾਲ ਇਹ ਫਿਲਮ ਦੇ ਵਿੱਚ ਪੈਸਾ ਇਨਵੈਸਟ ਕੀਤਾ ਗਿਆ, 16-17 ਕਰੋੜ ਜਿਵੇਂ ਕਿ ਤਰਸੇਮ ਜੱਸੜ ਦੱਸ ਰਹੇ ਸੀਗੇ ਟੋਟਲ ਬਜਟ ਸੀ ਇਹ ਫਿਲਮ ਦਾ। ਅਤੇ ਜੇਕਰ ਆਪਾਂ ਦੇਖੀ ਜਾਏ ਤਾਂ ਜਿਹੜੀ ਬਾਲੀਵੁੱਡ ਦੀਆਂ ਫਿਲਮਾਂ ਹੁੰਦੀਆਂ ਉਹਨਾਂ ਦਾ ਇੱਕ ਗਾਣਾ ਇੰਨੇ ਦੇ ਵਿੱਚ ਸ਼ੂਟ ਹੁੰਦਾ, ਅਤੇ ਪਰ ਉਹ ਆਪਾਂ ਨੂੰ ਫਿਲਮਾਂ ਦੇ ਵਿੱਚ ਵੀ ਪਤਾ ਕੀ ਹੁੰਦਾ ਤਾਂ ਉਹਨਾਂ ਦੇ ਗਾਣਿਆਂ 'ਚ ਕੀ ਹੁੰਦਾ। ਅਤੇ ਬਹੁਤ ਵਧੀਆ ਪਹਿਲ ਕੀਤੀ ਗਈ ਤਰਸੇਮ ਜੱਸੜ ਅਤੇ ਉਹਨਾਂ ਦੀ ਟੀਮ ਵੱਲੋਂ, ਸਾਰੇ ਵਧਾਈ ਦੇ ਪਾਤਰ ਨੇ। ਇੰਨੀ ਸੋਹਣੀ ਕਨਸੈਪਟ ਜਿਹੜਾ ਪਹਿਲਾਂ ਤਾਂ ਸੋਚਿਆ ਫਿਰ ਉਹ 'ਤੇ ਕੰਮ ਕੀਤਾ, ਅਤੇ ਫਿਰ ਇੰਨੇ ਥੋੜ੍ਹੇ ਜਿਹੇ ਬਜਟ ਦੇ ਵਿੱਚ, ਕਿਉਂਕਿ 15-16-17 ਕਰੋੜ ਕੋਈ ਜ਼ਿਆਦਾ ਬਜਟ ਨਹੀਂ ਹੁੰਦਾ ਇੱਕ ਫਿਲਮ ਨੂੰ ਲੈ ਕੇ, ਅਤੇ ਉਹਦੇ ਉੱਪਰ ਉਹ ਵੀ ਇਤਿਹਾਸਕ ਫਿਲਮ ਨੂੰ ਲੈ ਕੇ ਜਿਹਦੇ ਵਿੱਚ ਤੁਹਾਨੂੰ ਸਾਰਾ ਕੁਛ ਹੀ ਪੁਰਾਣਾ ਦਿਖਾਉਣਾ ਪੈਣਾ ਜੀ, ਇਫੈਕਟ ਲਗਾਉਣੇ ਪੈਣੇ ਆ, ਉਹ ਤੁਹਾਨੂੰ ਡਰੈਸ ਲੈ ਕੇ ਆਉਣੀ ਉੱਦਾਂ ਦੀਆਂ ਪੈਣੀਆਂ। ਅਤੇ ਬਹੁਤ ਵਧੀਆ ਸੁਚੱਜੇ ਢੰਗ ਦੇ ਨਾਲ ਇਹ ਫਿਲਮ ਬਣਾਈ ਗਈ ਆ। ਮੈਂ ਸਾਰਿਆਂ ਨੂੰ ਰਿਕਮੈਂਡ ਕਰੂੰਗਾ ਕਿ ਸਾਰਿਆਂ ਨੂੰ ਇਹ ਜਾ ਕੇ ਫਿਲਮ ਦੇਖਣੀ ਚਾਹੀਦੀ ਵਿਦ ਫੈਮਿਲੀ, ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ ਜਾ ਕੇ ਦਿਖਾਓ ਉਹਨਾਂ ਨੂੰ, ਉਹਨਾਂ ਨੂੰ ਪਤਾ ਲੱਗੇ ਆਪਣਾ ਸਿੱਖ ਕਲਚਰ, ਇਤਿਹਾਸ ਪੰਜਾਬ ਦਾ, ਸੂਰਵੀਰਾਂ ਦਾ। ਨਾਦਰ ਸ਼ਾਹ 22 ਮਾਰਚ 1739 ਵਾਲੇ ਦਿਨ ਦਿੱਲੀ ਦੇ ਵਿੱਚ ਪਹੁੰਚਦਾ ਹੈ ਅਤੇ ਉਸਦੇ 1 ਇਸ਼ਾਰੇ 'ਤੇ ਦਿੱਲੀ ਦੇ ਵਿੱਚ 5 ਘੰਟਿਆਂ ਦੇ ਵਿੱਚ ਲੱਖਾਂ ਲੋਕਾਂ ਨੂੰ ਵੱਢ ਦਿੱਤਾ ਜਾਂਦਾ ਹੈ। ਨਾਦਰ ਸ਼ਾਹ ਇਰਾਨ ਦਾ ਬਾਦਸ਼ਾਹ ਸੀ ਜਿਸ ਦਾ ਜਨਮ 22 ਨਵੰਬਰ 1688 ਨੂੰ ਇਰਾਨ ਦੇ ਵਿੱਚ ਹੋਇਆ ਸੀ। ਬਾਕੀ ਜਿਵੇਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਇਸ ਫਿਲਮ ਦੇ ਵਿੱਚ ਹੋਰ ਚੀਜ਼ਾਂ ਵੀ ਕਾਫੀ ਜ਼ਿਆਦਾ ਦੇਖਣ ਨੂੰ ਵਧੀਆ ਮਿਲਣਗੀਆਂ। ਜੇਕਰ ਆਪਾਂ ਇਸ ਫਿਲਮ ਨੂੰ ਵਧੀਆ ਹੰਕਾਰਾ ਦੇਵਾਂਗੇ ਤਾਂ ਹੀ ਤਰਸੇਮ ਜੱਸੜ ਹੋਣਾ ਦਾ ਜਾਂ ਹੋਰ ਕਈ ਪ੍ਰੋਡਿਊਸਰ ਅਤੇ ਡਾਇਰੈਕਟਰਾਂ ਦਾ ਹੌਸਲਾ ਪਊਗਾ ਸਿੱਖ ਕਲਚਰ ਨੂੰ ਲੈ ਕੇ, ਸਾਡੇ ਪੁਰਾਣੇ ਵਿਰਸੇ ਨੂੰ ਲੈ ਕੇ ਹੋਰ ਫਿਲਮਾਂ ਬਣਾਉਣ ਦਾ। ਨੱਚਣ ਗਾਉਣ ਵਾਲੀਆਂ ਫਿਲਮਾਂ ਤਾਂ ਆਪਾਂ ਦੇਖਦੇ ਹੀ ਰਹਿੰਦੇ ਹਾਂ, ਪੰਜਾਬ ਦੇ ਵਿੱਚ ਇੱਕ ਖਾਸ ਬੰਦੇ ਦਾ ਹੀ ਉਹਦੇ ਉੱਤੇ ਕਬਜ਼ਾ ਹੈ ਅਤੇ ਉਹੀ ਉਹਨਾਂ 'ਤੇ ਫਿਲਮਾਂ 'ਤੇ ਫਿਲਮਾਂ ਬਣਾ ਕੇ, ਨਾ ਕੋਈ ਸਕ੍ਰਿਪਟ ਹੁੰਦੀ ਹੈ ਵਿੱਚ, ਨਾ ਆਡੀਓ, ਨਾ ਕੁਛ ਹੋਰ, ਬਸ ਸਿਰਫ ਇੱਕ ਚੰਦ ਕੁ ਚੁਟਕਲਿਆਂ ਨੂੰ ਲੈ ਕੇ ਇੱਕ ਫਿਲਮ ਦੇ ਵਿੱਚ ਫਿਕਸ ਕਰ ਦਿੱਤਾ ਜਾਂਦਾ ਇੱਕ ਸਟੋਰੀ ਦੇ ਵਿੱਚ, ਨਾ ਕਿ ਸਟੋਰੀ ਦੇ ਵਿੱਚ ਚੁਟਕਲੇ ਨਹੀਂ ਹੁੰਦੇ, ਚੁਟਕਲਿਆਂ ਦੇ ਵਿੱਚ ਸਟੋਰੀ ਪਾਈ ਜਾਂਦੀ ਹੈ। ਉੱਦਾਂ ਦੀ ਫਿਲਮਾਂ ਤਾਂ ਆਪਾਂ ਕਾਫੀ ਦੇਖ ਲਈਆਂ, ਅਲੱਗ ਇੱਕ ਚੀਜ਼ ਆਈ ਆ, ਜ਼ਰੂਰ ਇਸ ਨੂੰ ਪ੍ਰਮੋਟ ਕਰੋ ਜਿੰਨਾ ਹੋ ਸਕਦਾ ਇਸ ਨੂੰ ਕਰੋ, ਤਾਂ ਕਿ ਅੱਗੇ ਜਾ ਕੇ ਇਹਨਾਂ ਦਾ ਵੀ ਹੌਸਲਾ ਵਧੇ ਅਤੇ ਸਾਨੂੰ ਵੀ ਆਪਣੇ ਕਲਚਰ ਦੇ ਉੱਪਰ ਹੋਰ ਫਿਲਮਾਂ ਦੇਖਣ ਨੂੰ ਮਿਲਣ। ਜਿਵੇਂ ਜਿਵੇਂ ਤੁਸੀਂ ਇਹ ਫਿਲਮ ਦੇਖਣ ਜਾਓਗੇ ਜ਼ਰੂਰ ਉਸ ਦੀਆਂ ਫੋਟੋਆਂ ਕਲਿੱਕ ਕਰਕੇ ਆਪਣੀਆਂ ਸੋਸ਼ਲ ਆਈਡੀ ਦੇ ਉੱਪਰ ਕਲਿੱਕ ਕਰੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਲੱਗੇ ਕਿ ਆ ਤੁਸੀਂ ਫਿਲਮ ਦੇਖਣ ਗਏ ਹੋ। ਤੁਹਾਨੂੰ ਦੇਖ ਕੇ ਕਿਸੇ ਹੋਰ ਦਾ ਇੰਟਰਸਟ ਪੈਦਾ ਹੁੰਦਾ, ਉਹ ਵੀ ਆਪਣੇ ਬੱਚਿਆਂ ਨੂੰ ਲੈ ਕੇ, ਆਪਣੀ ਫੈਮਿਲੀ ਨੂੰ ਲੈ ਕੇ ਜਾਵੇ। ਅਤੇ ਧੰਨਵਾਦ।